ਸਾਡਾ ਗੁਰੂ ਗਿਆਨ ਚੈਨਲ ਤੁਸੀਂ ਆਪ ਵੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹਿਣਾ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ। ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਾਡਾ ਐਪੀਸੋਡ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ। ਫੋਕਸ ਹੈ ਸਾਡੇ ਬੱਚੇ, ਸਾਡੇ ਟੀਨੇਜਰਸ, ਸਾਡਾ ਸਿੱਖ ਯੂਥ, ਸਾਡੇ ਘਰਾਂ ਵਿੱਚ ਗੁਰੂ ਗਿਆਨ ਦਾ ਖਜ਼ਾਨਾ, ਗੁਰੂ ਗਿਆਨ ਦੇ ਮੋਤੀ ਸਾਡੇ ਘਰਾਂ ਤੱਕ ਪਹੁੰਚਣੇ ਚਾਹੀਦੇ ਨੇ। ਸਾਡੇ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੋਵੇ, ਬੱਚਾ ਆਪਣੇ ਆਪ ਗੁਰੂ ਦੇ ਵਿਰਸੇ ਨਾਲ ਪਿਆਰ ਕਰੇ। ਸਾਨੂੰ ਕੁਦਰਤ ਨੇ ਸਿਖਾ ਦਿੱਤਾ ਹੈ, ਜਿਹੜੇ ਬ੍ਰਿਕਸ਼ ਜੜ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਪੱਤਿਆਂ ਦੀ ਹਰਿਆਵਲ, ਫੁੱਲਾਂ ਦੇ ਰੰਗ ਤੇ ਸੁਗੰਧੀਆਂ ਖੇੜੇ ਮਹਿਕਦੇ ਟਹਿਕਦੇ ਰਹਿੰਦੇ ਨੇ। ਅਗਰ ਬੂਟਾ ਜਾਂ ਬ੍ਰਿਕਸ਼ ਹੀ ਜੜ ਤੋਂ ਟੁੱਟ ਜਾਵੇ, ਪੱਤੇ ਕੁਮਲਾ ਜਾਂਦੇ ਨੇ, ਟੁੱਟ ਜਾਂਦੇ ਨੇ, ਫੁੱਲ ਮੁਰਝਾ ਜਾਂਦੇ ਨੇ, ਸੁੱਕ ਜਾਂਦੇ ਨੇ, ਸੁਗੰਧੀਆਂ ਖੰਭ ਲਾ ਕੇ ਉੱਡ ਜਾਂਦੀਆਂ ਨੇ। ਜਿੱਥੇ ਦੁਨੀਆਂ ਦੀਆਂ ਪ੍ਰਾਪਤੀਆਂ ਕਰਨੀਆਂ ਨੇ, ਉੱਥੇ ਸਾਡੇ ਘਰਾਂ ਵਿੱਚ ਗੁਰੂ ਦੇ ਸਿੱਖੀ ਦਾ ਬਗੀਚਾ ਹਰਾ ਭਰਾ ਹੋਣਾ ਚਾਹੀਦਾ ਹੈ। ਉਹ ਤਾਂ ਹੀ ਹੋਏਗਾ ਜੇ ਸਾਡੇ ਬੱਚਿਆਂ ਨੂੰ ਬਚਪਨ ਤੋਂ, ਟੀਨ ਏਜ ਤੋਂ ਉਹਨਾਂ ਅੰਦਰ ਸਿੱਖੀ ਵਿਰਸੇ ਦਾ ਗਿਆਨ ਉਹਨਾਂ ਅੰਦਰ ਭਰਿਆ ਜਾਵੇ। ਆਪਾਂ ਬਡਭਾਗੀ ਹਾਂ, ਕੌਮ ਦੇ ਅੰਦਰ ਬੜੇ ਬੇਅੰਤ ਕੀਮਤੀ ਹੀਰੇ ਬੈਠੇ ਨੇ, ਕੋਈ ਵਿਦਵਾਨ ਸੱਜਣ ਦੇ ਰੂਪ ਵਿੱਚ, ਕੋਈ ਪ੍ਰਚਾਰਕ ਦੇ ਰੂਪ ਵਿੱਚ, ਕੋਈ ਟੀਚਰ ਦੇ ਰੂਪ ਵਿੱਚ, ਕੋਈ ਪ੍ਰੋਫੈਸਰ ਦੇ ਰੂਪ ਵਿੱਚ, ਕੋਈ ਕਿਸੇ ਖੇਤਰ ਵਿੱਚ ਅਤੇ ਕੋਈ ਕਿਸੇ ਖੇਤਰ ਵਿੱਚ। ਉਹ ਜਿੱਥੇ ਜਿੱਥੇ ਹੀਰੇ ਬੈਠੇ ਨੇ, ਜਿਨ੍ਹਾਂ ਜਿਨ੍ਹਾਂ ਬਾਰੇ ਪਤਾ ਲੱਗਦਾ ਹੈ, ਉਹਨਾਂ ਹੀਰਿਆਂ ਨੂੰ ਲੱਭ ਲੱਭ ਕੇ ਤੁਹਾਡੇ ਬੱਚਿਆਂ ਦੇ ਅਤੇ ਤੁਹਾਡੇ ਰੂਬਰੂ ਕਰਵਾਉਣ ਵਾਸਤੇ ਗੁਰੂ ਗਿਆਨ ਟੀਵੀ ਚੈਨਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾਂ 'ਚੋਂ ਇੱਕ ਉਪਰਾਲਾ ਹੈ ਪਿਆਰੇ ਮਿੱਠੇ ਵੀਰ ਰਮਨਦੀਪ ਸਿੰਘ ਜੀ। ਭਾਵੇਂ ਉਹ ਸਰਕਾਰੀ ਟੀਚਰ ਨੇ, ਇੱਕ ਕੰਪਿਊਟਰ ਟੀਚਰ ਨੇ, ਪਰ ਉਹ ਟੀਚਰ ਕੌਂਸਲ ਦੇ ਇੰਚਾਰਜ ਵੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ। ਉਹਨਾਂ ਦੀ ਲਿਆਕਤ, ਉਹਨਾਂ ਦੀ ਕਲਾ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਉਹਨਾਂ ਦੇ ਮੋਢਿਆਂ 'ਤੇ ਇੱਕ ਜ਼ਿੰਮੇਵਾਰੀ ਪਾਈ ਹੈ, ਮੈਂਬਰ ਆਫ ਅਕੈਡਮਿਕ ਵਿੰਗ ਸੈਂਟਰਲ ਟੀਚਰ ਕੌਂਸਲ ਦੇ ਵਜੋਂ। ਉਹ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਸਿੱਖੀ ਦਾ ਜੀਵਨ ਵੀ ਸਿਖਾ ਜਾਂਦੇ ਨੇ, ਗੁਰਮਤਿ ਕਲਾਸਾਂ ਕੈਂਪਾਂ ਦੇ ਵਿੱਚ ਕਮਾਲ ਕਰ ਜਾਂਦੇ ਨੇ। ਉਹਨਾਂ ਦੇ ਐਪੀਸੋਡ ਤੁਸੀਂ ਪਿਛਲੇ ਹਫ਼ਤਿਆਂ ਤੋਂ ਦੇਖ ਰਹੇ ਹੋ। ਇਸ ਐਪੀਸੋਡਸ ਦੀ ਸੀਰੀਜ਼ ਦਾ ਨਾਮ ਹੈ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ, ਆਓ ਅੱਜ ਉਹਨਾਂ ਨੂੰ ਜਿਵਾਇਆ ਕਹੀਏ। ਵੀਰ ਜੀ ਰਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਵਾਇਆ ਨੂੰ, ਤੁਹਾਡੀ ਸਾਡੀ ਸੇਵਾ ਸਫਲ ਹੋ ਰਹੀ ਹੈ, ਬੱਚੇ ਬਹੁਤ ਬਹੁਤ ਪਸੰਦ ਕਰ ਰਹੇ ਨੇ। ਉਹ ਦਿੱਤਾ ਹੋਇਆ ਲੈਕਚਰ, ਕਹੀ ਹੋਈ ਗੱਲ ਕਿਸ ਮਾਇਨੇ ਹੈ ਜੇ ਸਾਹਮਣੇ ਵਾਲੇ ਦੇ ਖਾਨੇ 'ਚ ਨਾ ਬੜੇ। ਪੁਰਾਤਨ ਬਜ਼ੁਰਗ ਪਿੰਡਾਂ ਵਿੱਚ ਸੁਣਾਇਆ ਕਰਦੇ ਸੀ ਕਿ ਇੱਕ ਮਾਂ ਆਪਣੀ ਧੀ ਨੂੰ ਆਪਣੇ ਮੂਹਰੇ ਬਿਠਾ ਕੇ, ਉਹਨਾਂ ਜ਼ਮਾਨਿਆਂ ਦੇ ਵਿੱਚ ਜਿਵੇਂ ਲਾਈਨ ਬਣਾ ਕੇ ਬੈਠਦੇ, ਇੱਦਾਂ ਧੀ ਅਤੇ ਮਾਂ ਬੈਠ ਜਾਂਦੀ। ਮਾਂ ਬੈਠਦੀ ਪੀੜ੍ਹੀ ਦੇ ਉੱਪਰ ਥੋੜ੍ਹਾ ਜਿਹਾ ਉੱਚਾ, ਜਾਣੀ ਅੱਧਾ ਕੁ ਫੁੱਟ ਉੱਚੀ, ਉਹ ਬੈਠਦੀ ਥੱਲੇ, ਮੂੰਹ ਉਹਦਾ ਵੀ ਉੱਧਰ ਅੱਗੇ ਨੂੰ ਹੁੰਦਾ ਸੀ ਤੇ ਮਾਂ ਵੱਲ ਪਿੱਠ ਹੁੰਦੀ ਸੀ ਤੇ ਮਾਂ ਉਹਦੇ ਸਿਰ 'ਚ ਮਾਲਿਸ਼ ਕਰਦੀ, ਨਾਲੇ ਮਾਲਿਸ਼ ਕਰਦੀ ਨਾਲੇ ਸੋਚਦੀ ਧੀ ਜਵਾਨ ਹੋ ਗਈ, ਕੁਛ ਗੱਲਾਂ ਸਿਖਾ ਦਈਏ। ਉਹ ਗੱਲਾਂ ਸਿਖਾਈ ਗਈ, ਧੀ ਹੈ ਇਸ ਸੰਸਾਰ ਵਿੱਚ ਵਿਚਰਨ ਵਾਸਤੇ ਆਹ ਆਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਆਹ ਗੁਣ ਚਾਹੀਦੇ ਨੇ। ਅਤੇ ਉਹ ਕਾਫੀ ਗੱਲਾਂ ਕਰਨ ਤੋਂ ਬਾਅਦ ਪੁੱਛਦੀ ਹੈ ਮਾਂ, ਕਹਿੰਦੀ ਧੀਏ ਮੇਰੀਆਂ ਨਹੀਂ ਧੀਏ ਕੁਛ ਖਾਨੇ 'ਚ ਬੜੀਆਂ? ਤਾਂ ਉਹ ਕਹਿਣ ਲੱਗੀ ਮਾਂ ਬੜੀ ਕੋਈ ਨਹੀਂ ਨਿਕਲੀ ਜਾਂਦੀਆਂ। ਐਕਚੁਲੀ ਕੀ ਸੀ ਕਿ ਉਹ ਜਿੱਥੇ ਬੈਠੀਆਂ ਸੀ ਉੱਥੇ ਕੀੜੀਆਂ ਦੀ ਖੱਡ ਸੀ ਅਤੇ ਉਹਦਾ ਧਿਆਨ ਕੀੜੀਆਂ ਦੀ ਖੁੱਡ ਵਿੱਚ ਸੀ। ਉਹ ਕੀੜੀਆਂ ਬਾਹਰ ਨਿਕਲ ਰਹੀਆਂ ਸਨ,
मां गल्लां सिखा रही सी ते उन्हां दा ध्यान कीड़ियां दी खुट विच कीती हुई कथा दिता हुआ लैक्चर दिती हुई सिक्ख्या किस मायने ये सामने वाले दे खाने च ही ना बने ते उदों सोने ते सुहागा बन जांदा है कि जिस लई गल कही गई होवे जिस लई लैक्चर दिता गया होवे ओ निशाने ते पहुंच के उन्हां मनां विच उकरिया जावे इसलिए सेवा सफल हो रही है। अपना फोकस है बच्चे टीनएजर्स अते सिख यूथ तुहाडियां कईयां होईयां गल्लां बच्चों ते बाकमाल असर कर रही हैं। पेरेंट्स बहुत खुश हो रहे हैं, साढ़े दर्शकों की फीडबैक बाकमाल आ रही है। तुहाडा बहुत बहुत धन्यवाद। अज तुसी एक नवा टॉपिक लैके साढ़े दर्शकों के बच्चों के टीनएजर्स अते यूथ के रूबरू हो रहे हो। बड़े निशाने बड़िया प्राप्तियां प्रोग्राम के जियो आया नु जी। अज एक होर नवे टॉपिक सांझ तुसी पाओ जी। हाँ जी, तुसी बिल्कुल ठीक किया कि जिस तरह कोई भी पेरेंट्स अपने बच्चों के नाल जो गलबात करते हैं ना, असल दे विच ना बच्चे पेरेंट्स नूं नगलैक्ट करते हैं, इग्नोर करते हैं। पता नहीं क्यों उन्हां दे मन दे विच इस तरह की गल है कि मैनू ज्यादा पता उन्हां नालों, जां मैनू दुनिया की ज्यादा सोझी है, मैनू मैं मतलब गिजमो गैजेट की बड़ी मैनू नॉलेज हैगी है, मेरे पेरेंट्स नूं नहीं हैगी। जां जदों देखदे आ कि मेरे पेरेंट्स आ कुछ करते पए है ਤਾਂ ਉਹ ਉਹਨਾਂ ਦੀ ਨਕਲ ਲਾਉਣ ਵਾਸਤੇ ਜਾਂ ਇਮੀਟੇਟ ਕਰਨ ਲਈ ਉਹ ਯਤਨਸ਼ੀਲ ਰਹਿੰਦੇ ਨੇ ਬੱਚੇ। ਤਾਂ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਕੈਸ਼ ਕੀਤਾ ਜਾਵੇ। ਸਭ ਤੋਂ ਪਹਿਲਾਂ ਇੱਕ ਮਾਤਾ ਇੱਕ ਮਾਂ ਆਪਣੀ ਬੇਟੀ ਜੋ ਕਿ ਸ਼ੀਸ਼ੇ ਮੂਹਰੇ ਖੜ ਕੇ ਤਿਆਰ ਹੋ ਰਹੀ ਹੈ ਉਸਨੂੰ ਕੈਸ਼ ਕਰ ਸਕਦੀ ਹੈ ਕੁਝ ਗੱਲ ਸੁਣਾ ਕੇ। ਬੜੇ ਮੌਕੇ ਆਉਂਦੇ ਨੇ ਸਾਡੇ ਕੋਲ ਬੀਂਗ ਏ ਪੇਰੈਂਟਸ। ਮੈਂ ਵੀ ਕਈ ਵਾਰੀ ਦੇਖਦਾ ਕਿ ਮੈਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਕੁਛ ਇਹੋ ਜਿਹੀ ਗੱਲ ਕਰਾਂ ਜਿਹਦੇ ਨਾਲ ਮੈਂ ਉਹਦਾ ਧਿਆਨ ਖਿੱਚਾਂ, ਮੈਂ ਉਹਦਾ ਦਿਲ ਜਿੱਤਾਂ, ਮੈਂ ਉਹਦੇ ਦਿਲ ਵਿੱਚ ਜਗ੍ਹਾ ਬਣਾ ਕੇ ਕੋਈ ਗੁਰੂ ਦੀ ਗੱਲ ਮੈਂ ਕਹਿ ਪਾਵਾਂ, ਉਹਦੇ ਦਿਮਾਗ ਦੇ ਖੰਨ ਦੇ ਵਿੱਚ ਫਿੱਟ ਕਰ ਪਾਵਾਂ। ਇਹ ਬੜੇ ਮੌਕੇ ਆਉਂਦੇ ਆ। ਫੋਰ ਇਗਜ਼ਾਮਪਲ, ਜੇ ਮਾਤਾ ਆਪਣੀ ਬੇਟੀ ਜੋ ਤਿਆਰ ਹੋ ਰਹੀ ਹੈ ਸ਼ੀਸ਼ੇ ਅੱਗੇ ਖੜ ਕੇ, ਤਾਂ ਉਹਦੇ ਪਿੱਛੇ ਆ ਕੇ ਉਹਨੂੰ ਗੱਲ ਵੱਕਰੀ ਪਾ ਕੇ ਕਹਿ ਸਕਦੀ ਹੈ ਕਿ ਸੇਹੀ ਸੁੰਦਰ ਸੋਹਣੇ ਸਾਧ ਸੰਗ ਦੇ ਧੀਏ, ਉਹੀ ਜ਼ਿਆਦਾ ਸੋਹਣੇ ਤੇ ਸਜਦੇ ਵਧੀਆ ਲੱਗਦੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠਦੇ ਨੇ। ਤੇ ਗੁਰੂ ਦੀ ਸੰਗਤ ਕਿੱਥੇ ਮਿਲ ਸਕਦੀ ਹੈ? ਹਰ ਪਾਸੇ ਆਪਾਂ ਨੂੰ ਗੁਰੂ ਦੀ ਸੰਗਤ ਮਿਲ ਸਕਦੀ ਹੈ। ਮੈਂ ਛੋਟੇ ਹੁੰਦੇ ਮਹਿਸੂਸ ਕਰਦਾ ਸੀ ਜਦੋਂ ਸਾਡੀ ਗਲੀ ਦੇ ਵਿੱਚੋਂ ਦੀ ਪ੍ਰਭਾਤ ਫੇਰੀ ਨਿਕਲਣੀ ਨਾ ਕੋਈ ਕਿਸੇ ਗੁਰਪੁਰਬ ਉੱਤੇ ਗੁਰੂ ਸਾਹਿਬਾਂ ਦੇ, ਤਾਂ ਪ੍ਰਭਾਤ ਫੇਰੀ ਨਿਕਾਲਦੇ ਸੀ। ਸਾਡੇ ਟਾਊਨ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਮੇਰੇ ਮੰਮਾ ਮੈਨੂੰ ਸੁਬਹ ਸੁਬਹ ਉਠਾ ਕੇ ਵਿੰਡੋ ਖੋਲ ਕੇ ਤੇ ਮੈਨੂੰ ਕਹਿੰਦੇ ਸੀ ਵੀ ਤੂੰ ਦਰਸ਼ਨ ਕਰ ਲੈ, ਪ੍ਰਭਾਤ ਫੇਰੀ ਜਾ ਰਹੀ ਹੈ, ਸਤਸੰਗਤ ਜਾ ਰਹੀ ਹੈ, ਸਤਸੰਗੀ ਜਨ ਜਾ ਰਹੇ ਨੇ। ਅਸੀਂ ਫਟਾਫਟ ਉੱਠਦੇ ਤੇ ਵਿੰਡੋ ਦੇ ਵਿੱਚੋਂ ਝਾਕ ਮਾਰ ਕੇ ਦੇਖਦੇ ਵੀ ਹਾਂ ਵੀ ਸੰਗਤ ਜਾ ਰਹੀ ਹੈ ਤੇ ਅਸੀਂ ਦਰਸ਼ਨ ਕਰ ਲਏ। ਤੇ ਸਾਡੇ ਮਨ ਅੰਦਰ ਇੱਕ ਭਾਵ ਆਉਂਦਾ ਸੀ ਵੀ ਅਸੀਂ ਅੱਜ ਤੱਕ ਸਤਸੰਗਤ ਦਾ ਲਾਹਾ ਲੈ ਲਿਆ। ਪਰ ਜਿਉਂ ਜਿਉਂ ਮੈਂ ਵੱਡਾ ਹੋਇਆ ਗੁਰੂ ਪਿਆਰਿਓ, ਮੈਨੂੰ ਮਹਿਸੂਸ ਹੋਇਆ ਰਮਨਦੀਪ ਸਿੰਘ ਇਹ ਤੂੰ ਬੜੀ ਵੱਡੀ ਗਲਤ ਫੈਮਿਲੀ ਵਿੱਚ ਸੀ, ਇਸ ਤਰ੍ਹਾਂ ਸਤਸੰਗਤ ਦੇ ਦਰਸ਼ਨ ਕਰਨ ਦੇ ਨਾਲ ਤੈਨੂੰ ਮਤਲਬ ਦੂਰੋਂ ਦੇਖ ਕੇ ਨਾਲ ਤੈਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੋਣਗੀਆਂ। ਫਿਰ ਮਨ ਚ ਆਇਆ ਵੀ ਤੂੰ ਇਹਨਾਂ ਦੇ ਨਾਲ ਬੈਠਣਾ ਪੈਣਾ, ਗੁਰਦੁਆਰਾ ਸਾਹਿਬ ਜਾਣਾ ਪੈਣਾ, ਬਾਣੀ ਪੜ੍ਹਨੀ ਪੈਣੀ ਹੈ। ਫਿਰ ਮਨ ਵਿੱਚ ਖਿਆਲ ਆਇਆ ਹਾਂ ਬਈ, ਬਾਣੀ ਪੜ੍ਹ ਕੇ ਉਹਨੂੰ ਇੰਪਲੀਮੈਂਟ ਕਰਕੇ ਫਿਰ ਮੈਂ ਆਪਣੇ ਜੀਵਨ ਵਿੱਚ ਅਪਲਾਈ ਕਰ ਸਕਦਾ ਹਾਂ ਉਸ ਚੀਜ਼ਾਂ ਨੂੰ, ਉਸ ਮੈਥਡੋਲੋਜੀ ਨੂੰ ਜੋ ਗੁਰੂ ਨਾਨਕ ਸਾਹਿਬ ਜੀ ਆਪਾਂ ਦੇਖ ਗਏ ਆ। ਸੋ ਮੇਰਾ ਕਹਿਣ ਦਾ ਭਾਵ ਇਹ ਸੀ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਸੀ ਨਾ ਕਿ ਪੁਰਾਣੇ ਵੇਲੇ ਕਿਸ ਤਰ੍ਹਾਂ ਮਾਵਾਂ ਧੀਆਂ ਆਪਸ ਦੇ ਵਿੱਚ ਬੈਠ ਕੇ ਉਹਨੂੰ ਬੱਚਿਆਂ ਨੂੰ ਕੈਸ਼ ਕਰਕੇ ਫਿਰ ਉਹਨਾਂ ਕੋਈ ਗੱਲ ਸਿਖਾ ਦਿੰਦੀਆਂ ਸਨ। ਤੇ ਜਦੋਂ ਮੀਂਹ ਪੈਂਦਾ ਨਾ, ਇੱਕ ਗੱਲ ਇੱਥੇ ਹੋਰ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ, ਤੇ ਇੱਕ ਤਾਂ ਹੁੰਦਾ ਜੀ ਪਾਣੀ ਜੋ ਆਇਆ ਤੇ ਰੁੜ ਗਿਆ, ਇੱਕ ਹੁੰਦੀਆਂ ਬੂੰਦਾਂ, ਨਿੱਕੀਆਂ ਨਿੱਕੀਆਂ ਬੂੰਦਾਂ, ਉਹ ਜਦੋਂ ਧਰਤੀ ਦੇ ਉੱਤੇ ਪੈਂਦੀਆਂ ਨੇ ਤਾਂ ਧਰਤੀ ਦੇ ਵਿੱਚ ਸਮੋ ਜਾਂਦੀਆਂ, ਧਰਤੀ ਦੇ ਵਿੱਚ ਗਹਿਰਾਈ ਤੱਕ ਜਾਂਦੀਆਂ ਨੇ, ਉਹ ਮਿੱਟੀ ਨੂੰ ਆਪਣਾ ਬਣਾ ਲੈਂਦੀਆਂ ਨੇ, ਮਿੱਟੀ ਦਾ ਦਿਲ ਜਿੱਤ ਲੈਂਦੀਆਂ ਨੇ ਤੇ ਇੱਕ ਮਿੱਟਾ ਹਾਸਲ ਕਰ ਲੈਂਦੀਆਂ ਨੇ। ਅਸੀਂ ਵੀ ਆਪਣੇ ਬੱਚਿਆਂ ਦੇ ਉੱਤੇ ਗਿਆਨ ਦਾ ਮੀਂਹ ਨਾ ਪਾਈਏ, ਅਸੀਂ ਗਿਆਨ ਦੀਆਂ ਬੂੰਦਾਂ ਹੀ ਪਾਈ ਜਾਈਏ, ਛੋਟੀਆਂ ਛੋਟੀਆਂ ਬੂੰਦਾਂ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਘਰ ਕਰ ਜਾਣ, ਅਸੀਂ ਉਹਨਾਂ ਦੇ ਦਿਲ ਜਿੱਤ ਸਕਦੇ। ਜਿਵੇਂ ਜਿਵੇਂ ਅਸੀਂ ਉਹਨਾਂ ਦੇ ਨੇੜੇ ਹੁੰਦੇ ਜਾਵਾਂਗੇ, ਅਸੀਂ ਉਹਨਾਂ ਦੇ ਦਿਲ ਵਿੱਚ ਆਪਣੀ ਥਾਂ ਬਣਾਉਂਦੇ ਜਾਵਾਂਗੇ। ਕਈ ਵਾਰੀ ਅਸੀਂ ਇਗੋਇਸਟਿਕ ਹੋ ਕੇ, ਮੈਂ ਦੋ ਟੋਪਿਕ ਗੱਲ ਕਰਦਾ, ਇੱਕ ਵਿਨਿੰਗ ਐਂਡ ਲੋਸਿੰਗ। ਵਿਨਿੰਗ ਦੇ ਵਿੱਚ ਹੁੰਦਾ ਹਾਊ ਟੂ ਵਿਨ ਦਾ ਹਰਟ,
ਅਸੀਂ ਦਿਲ ਕਿਵੇਂ ਜਿੱਤੀਏ ਆਪਣੇ ਬੱਚਿਆਂ ਦਾ, ਆਪਣੇ ਆਂਢ ਗੁਆਂਢ ਦਾ, ਆਪਣੀ ਸੋਸਾਇਟੀ ਦੇ ਵਿੱਚ, ਤੇ ਦੂਸਰਾ ਲੂਜ਼ਿੰਗ, ਲੂਜ਼ਿੰਗ ਕੀ ਹੈ, ਮੈਂ ਆਪਣੀ ਈਗੋ ਨੂੰ ਕਿਵੇਂ ਲੂਜ਼ ਕਰਾਂ, ਮੈਂ ਆਪਣੇ ਅੰਦਰ ਜੋ ਮੈਂ ਸਮਝੀ ਬੈਠਾ ਆਪਣੇ ਆਪ ਨੂੰ, ਵੀ ਮੇਰੇ ਚ ਆਹ ਚੀਜ਼ਾਂ, ਮੇਰੇ ਚ ਆਹ ਗੁਣ ਹੈ, ਮੈਂ ਇਸ ਤਰ੍ਹਾਂ ਕਰ ਸਕਦਾ, ਮੈਂ ਉਸ ਤਰ੍ਹਾਂ ਕਰ ਸਕਦਾ, ਤਾਂ ਇਹ ਸਾਡਾ ਅਹੰਕਾਰ ਬੋਲਦਾ ਪਿਆ ਹੁੰਦਾ, ਸਾਡੀ ਈਗੋ ਬੋਲਦੀ ਪਈ ਹੁੰਦੀ ਹੈ। ਇਸ ਨੂੰ ਅਸੀਂ ਖਤਮ ਕਰੀਏ। ਪਾਤਸ਼ਾਹ ਦੀ ਬਾਣੀ ਸਾਰੇ ਹੀ ਇਸ ਗੱਲ ਤੇ ਰਹੀ ਹੈ। ਤਿੰਨ ਚਾਰ ਗੱਲਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਪਾਤਸ਼ਾਹ ਹਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦੇ ਉੱਤੇ ਵਾਰ ਵਾਰ ਇਹ ਗੱਲ ਹੋ ਰਹੀ ਹੈ ਵੀ ਤੁਹਾਨੂੰ ਇਹ ਜੀਵਨ ਦੁਆਰਾ ਨਹੀਂ ਮਿਲਣਾ, ਤੇਰੀ ਖੁਸ਼ੀ ਤੇਰੇ ਅੰਦਰ ਹੀ ਹੈ, ਤੂੰ ਆਪਣੇ ਅੰਦਰ ਹੀ ਵਿਕਾਸ ਲੈ ਸਕਦਾ ਹੈ, ਤੂੰ ਆਪਣੀ ਜਵਾਨੀ ਦਾ ਮਾਣ ਨਾ ਕਰ, ਤੇ ਤੂੰ ਆਪਣਾ ਹੰਕਾਰ ਦੇ ਵਿੱਚ ਨਾ ਜੀ, ਤੂੰ ਕੁਝ ਦੇ ਨੀ ਦੁਨੀਆਂ ਉੱਤੇ ਕਰ। ਇਹ ਚਾਰ ਪੰਜ ਗੱਲਾਂ ਵਾਰ ਵਾਰ ਪਾਤਸ਼ਾਹ ਸਾਨੂੰ ਦ੍ਰਿੜ ਕਰਾਉਂਦੇ ਨੇ, ਤੇ ਬਾਅਦ ਵਿੱਚ ਜਦੋਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੈਂ ਪੜ੍ਹਦਾ, ਇੱਕ ਵਰਡ, ਇੱਕ ਪੰਕਤੀ ਆਉਂਦੀ ਹੈ, ਵਿਦਿਆ ਵਿਚਾਰੀ ਤਪਾ ਰੂਪਕਾਰੀ। ਟ੍ਰੈਡੀਸ਼ਨਲੀ ਇਹਦਾ ਮੀਨਿੰਗ ਸਮਝ ਜਾਂਦਾ ਸੀ ਵੀ ਵਿਦਿਆ ਦਾ ਵਿਚਾਰ ਹੀ ਇਹੋ ਜਿਹੀ ਹੈ ਵੀ ਜਿਸ ਨੇ ਵਿਚਾਰ ਕੀਤਾ ਉਹ ਮਤਲਬ ਕਿ ਉਹ ਪਰਉਪਕਾਰ, ਵਿਦਿਆ ਆਉਂਦੀ ਤੇ ਪਰਉਪਕਾਰ ਹੀ ਕਰੇਗੀ, ਪਰਉਪਕਾਰ ਕਰ ਪਾਏਗੀ। ਪਰ ਹੌਲੀ ਹੌਲੀ ਮਹਿਸੂਸ ਹੋਇਆ ਵੀ ਵੰਸ ਆਈ ਰਿਅਲਾਈਜ਼, ਵੈਨ ਵੰਸ ਆਈ ਕੰਟੈਂਪਲੇਟ ਦ ਐਜੂਕੇਸ਼ਨ, ਦੈਨ ਮੇਰਾ ਜਿਹੜਾ ਮਾਇੰਡ ਸੀ, ਮੇਰਾ ਹਰਟ ਸੀ, ਉਹ ਇੱਕ ਕਾਇੰਡ ਹਰਟ ਦੇ ਵਿੱਚ ਕਨਵਰਟ ਹੋ ਗਿਆ। ਮੀਨ ਟੂ ਸੇ ਮੈਂ ਜਿਵੇਂ ਜਿਵੇਂ ਵਿਦਿਆ ਨੂੰ ਵਿਚਾਰਿਆ, ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਪਰਉਪਕਾਰ ਦੀ ਭਾਵਨਾ ਉਪਜਦੀ ਪਈ ਹੈ, ਪੈਦਾ ਹੋ ਰਹੀ ਹੈ, ਤੇ ਫਿਰ ਮੈਂ ਉਸ ਭਾਵਨਾ ਦੇ ਨਾਲ ਆਪਣੇ ਗੁਰੂ ਦਾ ਗਿਆਨ ਸ਼ੁਰੂਆਤ ਆਪਣੇ ਘਰ ਤੋਂ ਕੀਤੀ, ਸ਼ੁਰੂਆਤ ਆਪਣੇ ਬੱਚਿਆਂ ਤੋਂ ਸ਼ੁਰੂ ਕਰਨੀ ਕੀਤੀ, ਤੇ ਫਿਰ ਮੈਂ ਆਪਣੇ ਬੱਚਿਆਂ ਦੇ ਦਿਲ ਜਿੱਤੇ ਪਹਿਲਾਂ, ਤੇ ਦਿਲ ਜਿੱਤਣ ਤੋਂ ਬਾਅਦ ਮੈਂ ਉਹਨਾਂ ਨੂੰ ਗੁਰੂ ਦੀਆਂ ਗੱਲਾਂ ਸਿਖਾਉਣ ਲਈ ਕੋਸ਼ਿਸ਼ ਕੀਤੀ, ਤੇ ਫਿਰ ਜਦੋਂ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਬੱਚੇ ਦੇ ਦਿਲ ਨੂੰ ਜਿੱਤਿਆ, ਤੇ ਜਾਂ ਕੋਈ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਜੇ ਮੈਂ ਗੱਲ ਕਰਨੀ ਚਾਹੁੰਦਾ, ਤੇ ਪਹਿਲਾਂ ਮੈਂ ਮਾਹੌਲ ਦੇਖ ਕੇ, ਸਮਾਂ ਦੇਖ ਕੇ ਆਪਣੀ ਗੱਲ ਨੂੰ ਕਹਿਣਾ ਸੀ। ਸਮਾਂ ਮੈਂ ਭਾਈ ਕਾਨ ਸਿੰਘ ਨਾਭਾ ਜੀ ਦਾ ਸ਼ਬਦ ਕੁਛ ਵੀ ਪੜ੍ਹ ਰਿਹਾ ਸੀ, ਉਹਦੇ ਚ ਮੈਨੂੰ ਇੱਕ ਬੜੀ ਸੋਹਣੀ ਗੱਲ ਮੈਂ ਸਮਝ ਚ ਆਈ। ਪਹਿਲਾਂ ਨਹੀਂ ਪਤਾ ਸੀ ਕਿ ਮੂਰਖ ਕੌਣ ਹੈ। ਮੂਰਖ ਜਿਹੜਾ ਹਰ ਥਾਂ ਤੇ ਆਪਣਾ ਮੂੰਹ ਰੱਖਦਾ ਪਿਆ, ਖਾਣ ਵਿੱਚ ਆਪਣਾ ਮੂੰਹ ਰੱਖਦਾ ਪਿਆ, ਬੋਲਣ ਵਿੱਚ ਆਪਣਾ ਮੂੰਹ ਰੱਖਦਾ ਪਿਆ, ਆਪਣੀ ਗੱਲ ਕਹਿਣ ਦੇ ਵਿੱਚ ਮੂੰਹ ਰੱਖਦਾ ਪਿਆ, ਜਿਵੇਂ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਵੀ ਉਹ ਮੂਰਖ ਹੈ। ਮਤਲਬ ਅਸੀਂ ਹਰ ਥਾਂ ਤੇ ਆਪਣਾ ਜਦੋਂ ਮੂੰਹ ਰੱਖਦੇ ਪਏ ਹਾਂ ਵੀ ਆਹ ਚੀਜ਼ ਮੈਨੂੰ ਪਤਾ, ਮੈਂ ਐਕਸਪਲੇਨ ਕਰਾਂ, ਮੈਂ ਐਕਸਪਲੇਨ। ਬੱਚੇ ਜਾਂ ਕੋਈ ਹੋਰ ਸਾਡੀਆਂ ਗੱਲਾਂ ਸੁਣਨ ਵਿੱਚ ਇੰਟਰਸਟ ਨਹੀਂ ਰੱਖ ਰਿਹਾ, ਤੇ ਜਦੋਂ ਮੈਨੂੰ ਮਹਿਸੂਸ ਹੋਏਗਾ ਵੀ ਹਾਂ ਬਈ ਇਹ ਚੀਜ਼ ਨੂੰ ਮੈਂ ਇੰਪਲੀਮੈਂਟ ਕੀਤਾ ਹੈ, ਇਹ ਮੇਰੀ ਜ਼ਿੰਦਗੀ ਕਿੰਨੇ ਕੁਛ ਸਵਾਰਿਆ, ਫਿਰ ਜਦੋਂ ਮੈਂ ਉਹ ਗੱਲ ਕਹਾਂਗਾ ਨਾ ਉਹ ਅਸਰ ਰੱਖਦੀ ਹੈ, ਚਾਹੇ ਉਹ ਸਾਡੇ ਫੈਮਿਲੀ ਮੈਂਬਰ ਹੋਣ, ਚਾਹੇ ਉਹ ਬਾਹਰ ਵਾਲੇ ਹੋਣ। ਸੱਚੇ ਪਾਤਸ਼ਾਹ ਸਾਨੂੰ ਇਸ ਤਰ੍ਹਾਂ ਦੀ ਇੱਕ ਬਿੰਦ ਸਿਖਾ ਦੇਣ ਵੀ ਕਿਵੇਂ ਮੈਂ ਲੋਕਾਂ ਦੇ ਦਿਲ ਜਿੱਤਣੇ ਹੈ, ਕਿਵੇਂ ਮੈਂ ਪਰਉਪਕਾਰ ਦੀ ਭਾਵਨਾ ਲੈ ਕੇ ਆਉਣੀ ਹੈ। ਤੇ ਛੱਡਣਾ ਕੀ ਹੈ? ਆਪਣੀ ਈਗੋ ਛੱਡਣੀ ਹੈ। ਦਿੱਲੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੀ ਮੈਨੂੰ ਘਟਨਾ ਯਾਦ ਆ ਰਹੀ ਹੈ, ਗੋਤਰੇ ਦੀ। ਉਹ ਇੱਕ ਟ੍ਰੇਨ ਦੇ ਵਿੱਚ ਜਾ ਰਿਹਾ ਸੀ, ਤਾਂ ਜਿਸ ਟ੍ਰੇਨ ਦੇ ਡੱਬੇ ਦੇ ਵਿੱਚ ਉਹ ਬੈਠਾ ਸੀ, ਉਦੋਂ ਚਾਰ ਡੱਬੇ ਛੱਡ ਕੇ ਨੈਕਸਟ ਡੱਬਿਆਂ ਦੇ ਵਿੱਚ ਕੈਂਟੀਨ ਸੀ। ਇਹਦਾ ਦਿਲ ਕੀਤਾ ਵੀ ਕੁਝ ਖਾ ਕੇ ਆਈਏ ਉੱਥੇ, ਤਾਂ ਰੈਸਟ ਲਈਏ ਥੋੜ੍ਹੀ ਬਹੁਤ। ਇਹ ਜਿਉਂ ਹੀ ਕੈਂਟੀਨ ਦੇ ਵਿੱਚ ਜਾਂਦਾ ਹੈ ਤੇ ਮਹਿਸੂਸ ਕਰਦਾ, ਉਹ ਹੋ ਮੈਂ ਤਾਂ ਆਪਣਾ ਚਸ਼ਮਾ ਸੀਟ ਤੇ ਹੀ ਭੁੱਲ ਆਇਆ ਆਪਣੀ। ਹੁਣ ਉਹ ਨੰਬਰ ਜ਼ਿਆਦਾ ਸੀ, ਆਈ ਸਾਈਟ ਕਾਫੀ ਵੀਕ ਸੀ, ਉਹਨੂੰ ਬੜੀ ਦਿੱਕਤ ਆ ਰਹੀ ਸੀ ਮੈਨਿਊ ਪੜ੍ਹਨ ਦੇ ਵਿੱਚ। ਜਦੋਂ ਉਸਨੇ ਕੈਂਟੀਨ ਦੇ ਵਿੱਚ ਮੈਨਿਊ ਚੱਕਿਆ, ਰੀਡ ਕਰ ਰਿਹਾ ਸੀ, ਤਾਂ ਉਸਨੂੰ ਰੀਡੇਬਲ ਨਹੀਂ ਸੀ, ਉਹ ਪੜ੍ਹ ਨਹੀਂ ਪਾ ਰਿਹਾ ਸੀ, ਨਹੀਂ ਪੜ੍ਹ ਪਾ ਰਿਹਾ ਸੀ। ਤਾਂ ਉਸਨੇ ਇੱਕ ਵੇਟਰ ਨੂੰ ਬੁਲਾਇਆ, ਕਹਿੰਦਾ ਪਲੀਜ਼ ਮੈਨੂੰ ਇਹ ਪੜ੍ਹ ਕੇ ਦੱਸਿਆ ਜੀ ਇਹਦੇ 'ਤੇ ਕੀ ਲਿਖਿਆ। ਤਾਂ ਉਸ ਜਿਹੜਾ ਵੇਟਰ ਦਾ ਜਵਾਬ ਸੀ, ਵੇਟਰ ਕਹਿੰਦਾ ਜੀ ਮੈਂ ਵੀ ਤੁਹਾਡੇ ਵਾਂਗੂ ਪੜ੍ਹ ਨਹੀਂ ਸਕਦਾ, ਮੈਂ ਵੀ ਅਨਪੜ੍ਹ। ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਜਿਹੜੀ ਈਗੋ ਹਰਟ ਹੋਈ ਹੈ ਉਸ ਵੇਲੇ, ਤੁਸੀਂ ਇਮੇਜੀਨੇਸ਼ਨ ਕਰ ਸਕਦੇ ਹੋ ਕਿ ਕਿੰਨਾ ਹਰਟ ਹੋਇਆ ਹੋਊਗਾ ਵੀ ਜਦੋਂ ਉਸਨੇ ਕਿਹਾ ਵੀ ਮੈਂ ਵੀ ਤੁਹਾਡੇ ਵਾਂਗੂ ਵੀ ਅਨਪੜ੍ਹ। ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜਦੋਂ ਮਹਿਸੂਸ ਕਰਦੇ ਹਾਂ ਕਿ ਮੈਂ ਬਹੁਤ ਬੈਸਟ ਹਾਂ, ਮੈਂ ਬਹੁਤ ਪੜ੍ਹਿਆ ਲਿਖਿਆ, ਤਾਂ ਉਹ ਸਾਡਾ ਅਹੰਕਾਰ ਬੋਲਦਾ ਪਿਆ ਹੁੰਦਾ, ਉਹ ਸਾਡੀ ਈਗੋ ਬੋਲਦੀ ਪਈ ਹੁੰਦੀ ਹੈ। ਇਸ ਨੂੰ ਅਸੀਂ ਲੂਜ਼ ਕਰਨਾ, ਇਸ ਨੂੰ ਅਸੀਂ ਹਟਾ ਦੇਣਾ। ਦਿਨਕਰ ਇੱਕ ਰਾਈਟਰ ਹੋਇਆ ਹਿੰਦੀ ਦਾ, ਉਹ ਇੱਕ ਮਨਸੂਰੀ ਚ ਰਿਹਾ ਸੀ ਆਪਣੀ ਕਾਰ ਦੇ ਵਿੱਚ, ਤਾਂ ਉਸਦੇ ਕੋਲ ਮੈਪ ਵੀ ਸੀ,
ਪਰ ਜਦੋਂ ਕਾਰ ਦੇ ਵਿੱਚ ਜਾ ਰਿਹਾ ਸੀ ਉਸ ਆਪਣੀ ਮੰਜ਼ਿਲ ਤੇ ਪਹੁੰਚ ਰਿਹਾ ਸੀ ਤਾਂ ਉਹ ਰਸਤਾ ਭਟਕ ਜਾਂਦਾ ਹੈ ਤੇ ਰਸਤਾ ਜਦੋਂ ਭਟਕਿਆ ਤਾਂ ਦੇਖਦਾ ਵੀ ਮੇਰੀ ਮੰਜ਼ਿਲ ਤਾਂ ਆ ਨਹੀਂ ਰਹੀ ਤਾਂ ਉੱਥੇ ਇੱਕ ਪਿੰਡ ਵਾਲੀ ਇੱਕ ਲੜਕੀ ਨੂੰ ਪੁੱਛਦਾ ਕਹਿੰਦਾ ਕਿ ਆ ਰਸਤਾ ਇਧਰਲੇ ਪਾਸੇ ਹੈ ਕਿ ਨਹੀਂ ਉਹ ਕਹਿੰਦੀ ਵੀ ਤੂੰ ਤਾਂ ਏਡਾ ਪੜ੍ਹਿਆ ਲਿਖਿਆ ਲੱਗਦਾ ਮੈਨੂੰ ਟਾਈ ਲੱਗੀ ਹੋਈ ਹੈ ਤੇਰੀ ਕਾਰ ਵਿੱਚ ਤੂੰ ਬੈਠਾ ਮੈਪ ਤੇਰੇ ਕੋਲ ਹੈ ਤੇ ਤੂੰ ਫਿਰ ਵੀ ਰਸਤਾ ਭਟਕ ਗਿਆ ਇਹ ਤਾਂ ਤੂੰ ਬਹੁਤ ਦੂਰ ਆ ਗਿਆ ਇੱਧਰ ਮੰਜ਼ਿਲ ਨਹੀਂ ਆਉਣੀ ਉਸਦੇ ਮਨ ਨੂੰ ਬੜੀ ਚੋਣ ਪੁੱਛੀ ਦੀ ਅੱਗੋਂ ਤਾਂ ਲੜਕੀ ਨੂੰ ਕੀ ਕਹਿੰਦਾ ਕਹਿੰਦਾ ਮੈਂ ਤਾਂ ਇੱਧਰ ਦੀ ਜਾਊਂਗਾ ਹੁਣ ਚਾਹੇ ਮੰਜ਼ਿਲ ਆਈ ਚਾਹੇ ਨਾ ਆਏ ਮੀਨ ਟੂ ਸੇ ਉੱਥੇ ਵੀ ਉਸਦੀ ਈਗੋ ਹਰਟ ਹੋਈ ਜਦੋਂ ਈਗੋ ਹਰਟ ਹੋਈ ਤਾਂ ਉਸਨੂੰ ਮਹਿਸੂਸ ਹੋਇਆ ਵੀ ਮੈਂ ਆਹੀ ਕੰਮ ਹੀ ਕਰਾਂਗਾ ਸਾਡੇ ਨਾਲ ਵੀ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਅਸੀਂ ਜਦੋਂ ਆਰਟੀਫਿਸ਼ਲ ਜਾਂ ਡੁਐਲਿਟੀ ਦੇ ਵਿੱਚ ਹੁੰਦੇ ਹਾਂ ਜਾਂ ਡਿਊਲ ਕਰੈਕਟਰ ਸਾਡਾ ਬਣ ਜਾਂਦਾ ਹੈ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਜਿਹੜਾ ਨਿੱਜ ਘਰ ਸੀ ਨਾ ਸਾਡੀ ਜਿਹੜੀ ਅੰਤਰ ਆਤਮਾ ਸੀ ਉਹ ਬੜੀ ਅੰਦਰੋਂ ਨਿਰਾਸ਼ ਤੇ ਉਦਾਸ ਹੋਈ ਪਈ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੀ ਹੁਣ ਦੇਖੋ ਚਾਲੀ ਮੈਂ ਉੱਥੇ ਪਰਮਾਤਮਾ ਤੋਂ ਉਸ ਸਰਵ ਸ਼ਕਤੀਮਾਨ ਵਾਹਿਗੁਰੂ ਨਾਲੋਂ ਟੁੱਟ ਚੁੱਕਿਆ ਸੀ ਦੇਖੋ ਮੈਂ ਇੱਕ ਐਗਜ਼ਾਮਪਲ ਦੇ ਕੇ ਕਲੀਅਰ ਕਰਾਂ ਆਪਣੇ ਘਰ ਦੇ ਵਿੱਚ ਸਾਰਾ ਕੁਛ ਹੋਵੇ ਏਸੀ ਲੱਗਿਆ ਹੋਵੇ ਐਲਈਡੀ ਹੋਵੇ ਹੋਰ ਸਾਰਾ ਕੁਛ ਇਲੈਕਟ੍ਰੋਨਿਕ ਚੀਜ਼ਾਂ ਹੋਣ ਤੇ ਜੇ ਬਾਹਰ ਬਿਜਲੀ ਦਾ ਕਨੈਕਸ਼ਨ ਨਾ ਹੋਵੇ ਤਾਂ ਸਾਰੀਆਂ ਚੀਜ਼ਾਂ ਮੀਨਿੰਗਲੈਸ ਹੋ ਜਾਂਦੀਆਂ ਕਿਉਂਕਿ ਬਿਜਲੀ ਦਾ ਕਨੈਕਸ਼ਨ ਨਹੀਂ ਹੈਗਾ ਸਾਡੇ ਕੋਲ ਅੱਜ ਸਾਰਾ ਕੁਛ ਹੈ ਪਰ ਉਹ ਸੁਪਰੀਮ ਪਾਵਰ ਉਸ ਪਰਮਾਤਮਾ ਦਾ ਵਾਹਿਗੁਰੂ ਨਾਲੋਂ ਸਾਡਾ ਕਨੈਕਸ਼ਨ ਟੁੱਟ ਚੁੱਕਿਆ ਜਦੋਂ ਸਾਡਾ ਕਨੈਕਸ਼ਨ ਹੀ ਟੁੱਟ ਚੁੱਕਿਆ ਮੇਰੇ ਅੰਦਰ ਉਹ ਐਨਰਜੀ ਤੇ ਉਹ ਸ਼ਕਤੀ ਨਹੀਂ ਆਉਂਦੀ ਮੈਂ ਅਕਸਰ ਬੱਚਿਆਂ ਨਾਲ ਸਕੂਲ ਦੇ ਵਿੱਚ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਸਾਡੇ ਸਾਡੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਦੁੱਖ ਭਰੇ ਹਾਲਾਤ ਜਿਹੜੇ ਆਉਂਦੇ ਆ ਐਡਵਰਸ ਸਿਚੁਏਸ਼ਨ ਆਉਂਦੀਆਂ ਸਾਡੀ ਲਾਈਫ ਦੇ ਵਿੱਚ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਲੱਭਦੇ ਹਾਂ ਵੀ ਕੋਈ ਨਾ ਕੋਈ ਇਹਦਾ ਜਿਹੜਾ ਕਾਰਨ ਹੈ ਜਾਂ ਕਿਸੇ ਨੂੰ ਦੋਸ਼ੀ ਠਹਿਰਾਇਆ ਜਾਵੇ ਸਾਡੀ ਉਂਗਲ ਕਿਸੇ ਵੱਲ ਜਾਂਦੀ ਹੈ ਪਰ ਇਹ ਉਂਗਲ ਕਦੇ ਮੋੜ ਕੇ ਮੇਰੇ ਆਪਦੇ ਵੱਲ ਨਹੀਂ ਆਉਂਦੀ ਕਿ ਆਈ ਐਮ ਆਲਸੋ ਰਿਸਪੋਨਸੀਬਲ ਫੋਰ ਦਿਸ ਐਡਵਰਸ ਸਿਚੁਏਸ਼ਨ ਮੈਂ ਮੇਵਾਰ ਹਾਂ ਕਿ ਨਹੀਂ ਅੱਛਾ ਜੇ ਕੋਈ ਸਾਨੂੰ ਨਹੀਂ ਮਿਲਦਾ ਜਿਸ ਨੂੰ ਅਸੀਂ ਕਸੂਰਵਾਰ ਠਹਿਰਾ ਸਕੀਏ ਸਾਡੀ ਉਂਗਲ ਫਿਰ ਉਸ ਪਰਮਾਤਮਾ ਵੱਲ ਜਾਂਦੀ ਹੈ ਵਾਹਿਗੁਰੂ ਜੀ ਇਹ ਤੁਸੀਂ ਕੀਤਾ ਸਾਰਾ ਕੁਛ ਤੁਹਾਡੇ ਕਰਕੇ ਅੱਜ ਮੈਂ ਮੁਸੀਬਤ ਵਿੱਚ ਹੈ ਤੁਹਾਡੇ ਕਰਕੇ ਮੈਂ ਸਮੱਸਿਆ ਦੇ ਵਿੱਚ ਹੈ ਤੇ ਜਦੋਂ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਤਾਂ ਉਦੋਂ ਅਸੀਂ ਉਸ ਪਰਮਾਤਮਾ ਨਾਲੋਂ ਕਨੈਕਸ਼ਨ ਤੋੜ ਬੈਠਦੇ ਹਾਂ ਜਿਸਨੇ ਉਹ ਸਾਨੂੰ ਸ਼ਕਤੀ ਦੇਣੀ ਹੁੰਦੀ ਹੈ ਉਸ ਸਿਚੁਏਸ਼ਨ ਵਿੱਚੋਂ ਨਿਕਲਣ ਦੀ ਉਸ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਤੇ ਮੈਂ ਕਦੇ ਕਦੇ ਮਹਿਸੂਸ ਕਰਦਾ ਤੁਸੀਂ ਵੀ ਕਰਕੇ ਦੇਖਿਆ ਜੀ ਜਦੋਂ ਵੀ ਕੋਈ ਬਿਪਤਾ ਦਾ ਸਮਾਂ ਆਉਂਦਾ ਜਾਂ ਐਡਵਰਸ ਸਿਚੁਏਸ਼ਨ ਆਉਂਦੀਆਂ ਸ਼ਾਂਤਮਈ ਦੇ ਨਾਲ ਪਰਮਾਤਮਾ ਅੱਗੇ ਸੁਰੈਂਡਰ ਕਰਕੇ ਆਪਣੇ ਆਪ ਨੂੰ ਅਰਦਾਸ ਕਰੀਏ ਤਾਂ ਸਾਨੂੰ ਉਹ ਬਲ ਬਖਸ਼ਦੇ ਹੈ ਸਾਨੂੰ ਉਹ ਬੁੱਧੀ ਬਖਸ਼ਦੇ ਹੈ ਸਾਨੂੰ ਉਹ ਆਈਡੀਆਜ਼ ਦਿੰਦੇ ਹੈ ਵੀ ਤੂੰ ਕਿਵੇਂ ਬਾਹਰ ਆਉਣਾ ਤੇ ਕਿਸ ਤਰ੍ਹਾਂ ਆਉਣਾ ਤਾਂ ਉਹ ਸਾਨੂੰ ਕਿਵੇਂ ਆ ਸਕਦਾ ਜਦੋਂ ਅਸੀਂ ਆਪਣੀ ਚੀਜ਼ ਨੂੰ ਇੱਕ ਪਾਸੇ ਰੱਖ ਲਾਂਗੇ ਵੀ ਮੇਰਾ ਮੁਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਮੇਰਾ ਹੈ ਹੀ ਨਹੀਂ ਜੇ ਆਪਾਂ ਦੇਖੀਏ ਬਾਇਓਲੋਜੀਕਲੀ ਮੈਂ ਆਪਣੀ ਮਾਂ ਦੀ ਕੁੱਖ ਦੇ ਵਿੱਚ ਜਨਮ ਲਿੱਤਾ ਮੇਰੀ ਮੰਮਾ ਨੇ ਜੋ ਕੁਛ ਖਾਧਾ ਜੋ ਕੁਛ ਉਹਨਾਂ ਨੇ ਪੀਤਾ ਉਹ ਜੋ ਕੁਛ ਕੁਦਰਤ ਵਿੱਚੋਂ ਉਹਨਾਂ ਨੂੰ ਮਿਲਿਆ ਧਰਤੀ ਵਿੱਚੋਂ ਮਿਲਿਆ ਉਸ ਚੀਜ਼ ਤੋਂ ਮੈਂ ਬਣਿਆ ਮੇਰਾ ਇਹ ਬਿੰਦ ਬਣਿਆ ਮੇਰੇ ਇਹ ਇੱਕ ਜਿੰਦ ਬਣੀ ਮੇਰੀ ਚਮੜੀ ਬਣੀ ਮੇਰਾ ਸਰੀਰ ਬਣਿਆ ਮੇਰੇ ਅੰਗ ਬਣੇ ਸਾਰੇ ਫਿਰ ਮੇਰਾ ਹੈਗਾ ਵੀ ਜੇ ਮੈਂ ਆਪਣਾ ਅਤੀਤ ਦੇਖਾਂ ਤਾਂ ਮੈਂ ਕੁਝ ਵੀ ਨਹੀਂ ਸੀ ਤੇ ਅੱਜ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾ ਪਿਆ ਉਹ ਮੇਰੀ ਈਗੋ ਹੈ ਮੇਰੇ ਗਿਆਨ ਦਾ ਸੋ ਇੱਥੇ ਵਿਨਿੰਗ ਦਾ ਮਤਲਬ ਹੈ ਆਪਾਂ ਹਰ ਇੱਕ ਦਾ ਦਿਲ ਜਿੱਤ ਕੇ ਹਰ ਇੱਕ ਦੇ ਦਿਲ ਚ ਥਾਂ ਬਣਾਈਏ ਇਹ ਵਿਨਿੰਗ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਮੈਂ ਕਾਇੰਡ ਹਾਰਟ ਲੈ ਕੇ ਜ਼ਿੰਦਗੀ ਨੂੰ ਜੀਵਾਂ ਤੇ ਲੂਜ਼ਿੰਗ ਦਾ ਮਤਲਬ ਇਹ ਹੈ ਕਿ ਮੈਂ ਆਪਣੇ ਅਹੰਕਾਰ ਨੂੰ ਆਪਣੀ ਡੈਜ਼ਿਗਨੇਸ਼ਨ ਨੂੰ ਆਪਣੇ ਰੁਤਬੇ ਨੂੰ ਆਪਣੀ ਚੋਦਰ ਨੂੰ ਆਪਣੇ ਪੈਸਿਆਂ ਨੂੰ ਆਪਣੀ ਪ੍ਰੋਪਰਟੀ ਨੂੰ ਇੱਕ ਪਾਸੇ ਰੱਖ ਕੇ ਆਪਾਂ ਕਰੀਏ ਮੈਂ ਕਿਹੜੇ ਕੁਝ ਲਾਈਨ ਲਿਖੀਆਂ ਸੀ ਚੱਲ ਆਪਾਂ ਫੀਲ ਕਰੀਏ ਰੱਬ ਤੋਂ ਹੈਗੀ ਸੈਪਰੇਸ਼ਨ ਚੱਲ ਆਪਾਂ ਫੀਲ ਕਰੀਏ ਰੱਬ ਤੋਂ ਹੈਗੀ ਸੈਪਰੇਸ਼ਨ ਤਾਂ ਹੀ ਤਾਂ ਵਿਗੜੀ ਜਾਂਦੀ ਸਾਡੀ ਇਹ ਨਿਊ ਜਨਰੇਸ਼ਨ ਬੰਦ ਕਰੀਏ ਐਪਾਂ ਵਾਲਾ ਰਲ ਕੇ ਇਹ ਗੇਟ ਦੀ ਦੁਨੀਆਂ ਦੇ ਇਸ ਗੋਲੇ ਵਿੱਚ ਉਹੀ ਐਸ ਓ ਗ੍ਰੇਟ ਦੀ ਦੁਨੀਆਂ ਦੇ ਇਸ ਗੋਲੇ ਵਿੱਚ ਉਹੀ ਐਸ ਓ ਗ੍ਰੇਟ ਦੀ ਸੋ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਜੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਮੈਂ ਆਪ ਵੀ ਹੰਢਾਵਾਂ ਆਪਣੀ ਜ਼ਿੰਦਗੀ ਦੇ ਵਿੱਚ ਈਗੋ ਤੋਂ ਦੂਰ ਰਹਿ ਕੇ ਮੈਂ ਆਪਣੇ ਆਪ ਨੂੰ ਆਪਣੇ ਬੱਚਿਆਂ ਦੇ ਦਿਲ ਦੇ ਵਿੱਚ
एक थां बना के उनके विच बैठ पावां, सोसाइटी दे विच गुरु की गल रख पावां, बच्चों ना गल कर पावां, ता जो मेरा एक ज्ञान सफला होवे दुनिया दे विच। बहुत अच्छे, बहुत अच्छे रमनदीप सिंह जी। अज असीं जिस युग विच जिउ रहे हां, जिस समय विचों दी अज हर पेरेंट्स लंघ रहे हैं, मैं दर्शकों नूं रूबरू होके गल कहनी चाहवांगा, अज दे समय विच बच्चे नूं तोते चिड़िया दीआं कहानियां सुना के, कर्म कांडी गप जिहड़ियां कहानियां सुना के कदी सिखी नाल जोड़न विच कामयाब नहीं हो सकांगे। दूसरी बात जिहड़ी तुसीं इह कही कि जिन्ना चिर असीं असली रूट नाल जुड़े नहीं होवांगे, साडे घरां दा माहौल नहीं बन पाएगा। उस दे लई मेरे गुरु पातशाह दी बड़ी प्यारी खेड जपजी साहब दे विच तुहाडे टॉपिक नाल संबंधित, जोगी कहिंदे सी साडा मत सब तों वड्डा है क्योंकि साडे मत दा नाम आई पंथी है। 12 उहनां दे पंथ ने जोगियां दे, उहनां विचों आई पंथी नाम दे मत नूं उच्चा मंनदे सी। आए सतगुरु जी कहिंदे इह नहीं है, आई पंथी दे अर्थ है हर एक नूं अपना समझे। पर जदों असीं गुरु साहिब दे जीवन नूं देखदे हां, गुरु साहिब ते सब नूं अपना समझदे सी, पर लोक सारे गुरु साहिब नूं अपना नहीं सी समझदे। जिहड़े जैलस हुंदे सी, जिहड़े नफरत करदे सी, जिहड़े विरोध करदे सी। इदां ही हर मनुख की कहानी है, हर मनुख दूसरां नूं अपना समझ सकता है, हर एक दे लई परोपकार कर सकता है, पर कुछ लोग तुहानूं अपना नहीं समझणगे। उहदे लई आई पंथी सगल जमाती, मन जीता जग जीती। सेल्फ कंट्रोल लाइफ, मन नूं मैनेज करन वाला गुण बा कमाल है। और मन नूं मैनेज करन वास्ते तुहाडा हर टॉपिक कमाल दा हलूणा दिंदा। तुहाडा बहुत धन्नवाद। अगले एपीसोड दे विच फिर आपां एक नवे टॉपिक राहीं साडे दर्शकां दे तुहानूं रूबरू करवावांगे। वाहिगुरू जी का खालसा, वाहिगुरू जी की फतेह। एहसान वीर जी रमनदीप सिंह जिहड़े के बड़े निशाने बड़ियां प्राप्तियां प्रोग्राम दे विच बड़े ही कीमती टॉपिक लैके दर्शकों के बच्चों के टीनएजर्स के सिख युग के रूबरू होंगे ने। तुसीं साडे एपीसोड देखते रहो, होरनां नूं दसते रहो, चंगा लग्या आप भी चैनल सबसक्राइब करो, होरनां नूं भी सबसक्राइब करन वास्ते दस्यो। तुसीं भी गुरग्यान ऐप डाउनलोड कर लैनी अते होरनां नूं भी डाउनलोड करन वास्ते दसना। अगले हफ्ते फिर एक नवे टॉपिक राही आप जी दे रूबरू वीर रमनदीप सिंह जी नूं करवावांगे। तद तक लई गुरु फतेह जी। वाहिगुरू जी का खालसा, वाहिगुरू जी की फतेह।